ਸਨਾ ਫਿਰ ਹਾ ਸ਼ੁਕਰ ਅੱਲਾ ਦਾ ਤੁਸੀਂ ਸੁਣਾਓ ਹੁਣ ਠੀਕ ਹੈ ਤੇ ਵੀਰ ਓਏ ਆਹੋ ਮੈਂ ਆ ਗਿਆ ਯਾਰ ਬੈਠੀ ਆ ਬਾਬਾ ਦਿਨ ਹੋ ਗਿਆ ਸੁਣਿਆ ਜੁਮੇੜ ਦਿਨ ਮੁੰਡੇ ਦੀ سالਗिरा ਸੀ ਆਹੋ ਯਾਰ ਫਿਰ ਭੈਣ ਭਰਾਵਾਂ ਨੇ ਕਿਹਾ ਸੀ ਜ਼ੋਰ ਪਾਇਆ ਸੀ ਤੇ ਫਿਰ ਆਈ ਸੀ ਇਕੱਠੇ ਰੱਬ ਹੋਏ ਹੋਏ ਸੀ ਮੈਨੂੰ ਵੀ ਬੁਲਾ ਲੈਣਾ ਸੀ ਅਸੀਂ ਵੀ ਕੋ ਅੱਲਾ ਰਹਿਮ ਕਰੇ ਕੋਈ ਕਿਹੜਾ ਕੋਈ ਆਂਦੇ ਸੀ ਵੀ ਕੇਕ ਕੋ ਖਾ ਲੈਂਦੇ ਓ ਯਾਰ ਅੱਲਾ ਰਹਿਮ ਕਰੇ ਅਸੀਂ ਕਿਹੜਾ ਕੋਈ ਸ਼ ਦੇ ਕੇ ਜਾਣਾ ਸੀ ਤੁਹਾਨੂੰ ਕੁਛ ਨਹੀਂ ਕਿਹ ਜਾਣਾ ਸੀ ਯਾਰ ਗੱਲ ਤਾਂ ਸੀ ਕਿ ਜ਼ੇਨ ਚ ਨਹੀਂ ਰਿਹਾ ਸੀ। ਖਫੜਾ ਦਫੜੀ ਚਾਣਕ ਤੇ ਜਿਹੜਾ ਕੰਮ ਹੁੰਦਾ ਨਾ ਚਾਣਕ ਵਾਲਾ। ਅਸਲਾਮੁਅਲੈਕਮ ਬਾਬਾ ਜੀ। ਉਹ ਬਿਸਮਿਲ੍ਲਾ 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 ਬਈ ਬਿਸਮਿਲ੍ਲਾ। ਉਹ ਬਿਸਮਿਲ੍ਲਾ ਭਾਜੀ। ਉਹ ਬਿਸਮਿਲ੍ਲਾ। ਹੋਰ ਭਾਜੀ ਕੀ ਹਾਲ ਠੀਕਾ। ਸ਼ੁਕਰ ਹੈ। ਉਹ ਕੁਰਸੀ ਲਿਆ ਫੜ ਕੇ। ਮੈਂ ਲਿਆਉਣਾ ਕੁਰਸੀ। ਆ ਬੈਠੋ। ਤਬੀਅਤ ਠੀਕ ਹੈ। ਓਕੇ ਜੀ ਇਹ ਚਾਣਕ ਹੀ ਨਾ ਕੋਈ ਦੱਸਿਆ ਨਾ ਪੁੱਛਿਆ। ਮੈਂ ਪਰਸੋਂ ਆਇਆ। ਪਰਸੋਂ ਰਾਤ ਦੀ ਫਲਾਈਟ ਸੀ ਮੇਰੀ। ਅੱਛਾ ਜੀ। ਤੇ ਉਹ ਮੈਂ ਫਿਰ ਉਹ ਇੱਧਰ ਉੱਧਰ ਮਿਲੇ ਗਲੇ ਅੱਛਾ ਪੈਣਾ ਭਰਾਵਾਂ ਨੂੰ ਤੇ ਹੁਣ ਮੈਂ ਸੁੱਤਾ ਉੱਠਿਆ ਤੇ ਮੈਂ ਕਹਾ ਯਾਰ ਸਭ ਤੋਂ ਪਹਿਲੇ ਨਾ ਮੈਂ ਦੁਰਮੜ ਨੂੰ ਮਿਲ ਕੇ ਆਵਾ ਮੈਂ 5 ਸਾਲ ਉੱਥੇ ਰਹਿ ਕੇ ਆਇਆ ਵਾਹ ਵਾਹ 5 ਸਾਲ ਦੇ ਵਿੱਚ ਨਾ ਇਸ ਬੰਦੇ ਨੇ ਕੋਈ ਸੌਕ ਕਾਲ ਕੀਤੀ ਹਣੀ ਮੈਨੂੰ ਅੱਛਾ ਜੀ ਕਿ ਬਾਬਾ ਜੀ अच्छा मोबाइल वाला वाह 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 यार गल ਦੱਸਾ ਕੀ ਦੁਨੀਆ ਤੇ ਇੰਨੀ ਸੂਲ ਹੈਗੇ ਭਾਜੀ ਦੱਸਾ ਕੀ ਕਿਸੇ ਤਾਂ ਕੋਈ ਭੈਣ ਭਰਾ ਯਾਰ ਸਜਣ ਗਿਆ ਹੋਣਾ ਤੇ ਫਿਰ ਉਹਨੂੰ ਹੁੰਦਾ ਤਾਂ ਹੁੰਦਾ ਹੀ ਨਾ ਚਾ ਤੇ ਚਲੋ ਵੀ ਸਾਡਾ ਭਰਾ ਦੋਸਤ ਗਿਆ ਵਾ ਜਿਹੜਾ ਬੰਦਾ ਬਾਹਰ ਚਲਾ ਗਿਆ ਹਾਂਜੀ ਉਹਦੇ ਵਾਸਤੇ 5-7 ਲੱਖ ਦੇ 4-5 ਲੱਖ ਦੇ ਮੋਬਾਈਲ ਦਾ ਕਿਹੜਾ ਰੌਲਾ ਉਹ ਨਾਲੇ ਭਾਜੀ ਜਦੋਂ ਇਕੱਠੇ ਇੱਕ ਸਕੂਲ ਦੇ ਵਿੱਚ ਪੜ੍ਹਦੇ ਰਹੇ ਆ ਤੁਸੀਂ ਜਰਾ ਪੜ੍ਹ ਲਿਖ ਕੇ ਹੁਣ ਅੱਲਾਹ ਨੇ ਤੁਹਾਡੇ ਤੇ ਰਹਿਮਤ ਕੀਤੀ ਤੁਸੀਂ ਯੂਕੇ ਨਿਕਲ ਗਏ ਆ ਤੇ ਜੇ ਦੁਰਮੜ ਨੇ ਇੰਨੀ ਗੱਲ ਕਹਿਤੀ ਤੇ ਕਿਹੜੀ ਗੱਲ ਅੱਜ ਤਾਂ ਆਪਣੇ ਆ ਦੇਖਿਆ ਨਹੀਂ ਕਿ ਗਲੀਆਂ ਦੇ ਬਾਹਰ ਆਪਣਾ ਲੋਕ ਆਪਣਾ ਖਾਣਾ ਪੀਣਾ ਪਕਾ ਕੇ ਤੇ ਪੈਕੇਟ ਬਣ ਕੇ ਅੱਲਾਹ ਦੇ ਨਾਂ ਤੇ ਵੰਡਦੇ ਹੁੰਦੇ ਪਾਕਿਸਤਾਨ ਆਪਣਾ ਹਾਂਜੀ 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 ਉੱਥੇ ਅੰਗਰੇਜ਼ ਇਦਾਂ ਕਰਦੇ ਨੇ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਇੱਕ ਅੰਗਰੇਜ਼ ਦੇ ਨੇ ਦੋ ਦੋ ਤਿੰਨ ਤਿੰਨ ਸੂ ਆਈਫੋਨ ਜਾਂ ਵੱਡੇ ਫੋਨ ਲੈ ਹੁੰਦੇ ਆ ਅੱਛਾ ਤੇ ਹਾਂ ਉਹ ਵੱਡੇ ਫਿਰਦੇ ਹੁੰਦੇ ਆ ਉਹ ਕਹਿੰਦੇ ਕੋਈ ਮਸਲਾ ਹੀ ਨਹੀਂ ਹੈਗਾ ਵਾਹ ਜੀ ਵਾਹ ਜਾਨੀ ਇਸੇ ਵਾਸਤੇ ਸਾਰੇ ਇੱਥੋਂ ਫੋਨ ਕਰਦੇ ਆ ਕਿ ਸਾਡੇ ਵਾਸਤੇ ਤੇ ਤੁਸੀਂ ਲੈਂਦੇ ਹੋ ਉੱਥੋਂ ਗਿਆ ਮੇਰੇ ਭਰਾ ਦਾ ਮੇਰੇ ਯਾਰ ਦਾ ਬਸੇ ਵੀ ਬਸੇ ਇੱਥੇ ਹਿਸਾਬ ਨਾ ਵੀ ਯਾਨੀ ਕਿ ਕਿਸ ਨੂੰ ਰਾਸ਼ਨ ਵੰਡਦਾ ਕਿਸੇ ਨੂੰ ਚੀਨੀ ਵੰਡਦੀ ਕੀ ਉਹਨਾਂ ਦਾ ਢਾਡਾ ਵੰਡਦਾ ਉੱਥੇ ਇਲੈਕਟ੍ਰੋਨਿਕ ਚੀਜ਼ਾਂ ਦੀ ਖਰਾਬ ਦਿੰਦੇ ਨੇ ਜੀ 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 ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਬੇਸ਼ਰਮੀ ਵਾਲੀ ਗੱਲ ਆ ਜਨਾ ਲੇਕਿਨ ਸ਼ਰਮ ਚਾਹੀਦੀ ਐ ਜਿਹੜੇ ਮੰਗਦੇ ਉਹਨਾਂ ਨੂੰ ਲੇਕਿਨ ਉਹ ਇਹ ਆ ਕਿ ਉੱਥੇ ਇੰਝ ਦਾ ਨਿਜ਼ਾਮ ਐ ਕਿ ਦੇਰ ਨੇ ਉਹ ਗੋਰੇ ਪਾਗਲ ਨੇ ਅੱਛਾ ਜੀ ਹਾਂ ਜੀ ਹਾਂ ਜੀ ਉਹ ਗੋਰਿਆਂ ਨੂੰ ਪਤਾ ਐ ਦਾ ਕਿ ਜਿੰਨੇ ਮੁੰਡੇ ਨੇ ਜਿਹੜੇ ਇੱਕ ਮੁੰਡਾ ਬਾਹਰ ਜਾ ਰਿਹਾ ਹੁੰਦਾ ਪਾਕਿਸਤਾਨੀ ਹਾਂ ਤੇ ਤਿੰਨ ਬੈਗਨਾ ਹੁੰਦੀਆਂ ਨਾਲ ਜਿਹੜੀਆਂ ਮੁੰਡੇ ਨੂੰ ਛੱਡਣ ਜਾ ਰਹੀਆਂ ਹੁੰਦੀਆਂ ਤੇ ਮੁੰਡੇ ਨੇ ਫੁੱਲ ਗਰਮੀ ਦੇ ਵਿੱਚ ਪੀਲੇ ਰੰਗ ਦਾ ਟੂਪੀਸ ਪਾਇਆ ਹੁੰਦਾ ਤੇ ਜਿਹੜੇ ਜਹਾਜ਼ ਚੜਦਾ ਇਹਨਾਂ ਦਾ ਪਤਾ ਲੱਗ ਪਤਾ ਜਾਂਦਾ ਕਿ ਮੁੰਡਾ ਜਾ ਰਿਹਾ 사ਉਦੀਆ ਇਹ ਇੱਥੇ ਜਿੰਨੇ ਪੀਲੀ ਪਾਈ ਆ ਇਹ ਤਾਂ ਛੱਤ ਤੇ ਬੜਾ ਔਖਾ ਚੜਦਾ ਆ ਉਹ ਜਿਲੇ ਤੋਂ ਮੈਨੂੰ ਫੋਨ ਕਰਦਾ ਸੀ ਨਾ ਭਾਜੀ ਮੋਬਾਈਲ ਮੋਬਾਈਲ ਆ ਹਾਂ ਜੀ ਜੀ ਉਹ ਉੱਥੇ ਮੋਬਾਈਲਾਂ ਦਾ ਕਹਾਦਾ ਉੱਥੇ ਰੌਲਾ ਮੁਫਤ ਲੱਭੀ ਜਾਂਦੇ ਯਾਰ ਸਾਡੇ ਤਾਂ ਇੱਥੇ ਭਰਾਵਾ ਬੰਦਾ ਮਾਰੇ ਲੱਭਦੇ ਇੱਥੇ ਤਾਂ ਮਹਿੰਗੇ ਬੜੇ ਨੇ ਹਾਂ ਨਹੀਂ ਨਹੀਂ ਉੱਥੇ ਨਹੀਂ ਅੱਛਾ ਆ ਉੱਥੇ ਕੋਈ ਰੌਲਾ ਹੀ ਨਹੀਂ ਹੈਗਾ ਉਹ ਤਾਂ ਐਵੇਂ ਫਜ਼ੂਲ ਜਿਹੇ ਲੋਕ ਨੇ ਉੱਥੇ ਨਾਲੇ ਉਹ ਆ ਜਿਹੜੇ ਪੈਸੇ ਨੇ ਹੂੰ ਉੱਥੇ ਤੇ ਆ ਰੋਡਾਂ ਦੇ ਰੂਡਾਂ ਦੇ ਉੱਤੇ ਪੈਸੇ ਇੰਨੇ ਇੰਨੇ ਪਏ ਨੇ ਉੱਥੇ ਕੋਈ ਆ ਜਿਹੜੇ ਅਸੀਂ ਪਾਕਿਸਤਾਨ ਜਾਂਦੇ ਕਦੋਂ ਕੰਮ ਸ਼ਾਮ ਕਰਦੇ ਉੱਥੇ ਅੱਛਾ ਜੀ ਉਹ ਤੋਂ ਪੈਸੇ ਇੰਜ ਪੈ ਨੇ ਚੁੱਕ ਲੈ ਤੇ ਬਸ ਖਰਚ ਲੈ ਪਾਕਿਸਤਾਨ ਭੇਜ ਤੇ ਉੱਥੇ ਤੇ ਮਿਹਨਤ ਮੂਨਤ ਵਾਲਾ ਰੌਲਾ ਤਾਂ ਕੋਈ ਨਹੀਂ ਸ਼ਰਮ ਚਾਹੀਦੀ ਐ ਇਸ ਵਾਸਤੇ ਅੱਛਾ ਜੀ ਥੋੜੇ ਹਾਂ ਜੀ ਹਿਆ ਚਾਹੀਦੀ ਐ ਥੋੜੀ ਜੀ ਮੰਗਣ ਤੋਂ ਪਹਿਲੇ ਸੋਚਣਾ ਚਾਹੀਦਾ ਇਹ ਭਾਜੀ ਮੰਗਣ ਵਾਲਿਆਂ ਨੂੰ ਹਿਜਾ ਹੁੰਦੀ ਨਹੀਂ ਜੀ 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 ਇਹ ਲਾਂਤ ਹੀ ਕਿਸਮ ਦੇ ਹੁੰਦੇ ਆ ਕਿ ਅਗਲਾ ਪਤਾ ਨਹੀਂ ਆਪਣਾ ਵਿਚਾਰਾ ਕਿਵੇਂ ਲੇਕਿਨ ਮੈਂ ਜਿੰਦਾਬਾਦ ਜਿੰਦਾਬਾਦ ਮੇਰਾ ਭਰਾ ਜੁਹਦਾ ਉਹ ਜੀਵੇ ਐ ਯਾਰੀ ਦਾ ਮੁੱਲ ਪਾਇਆ ਤੂੰ ਵਾਹ ਜਿੰਦਾਬਾਦ ਉਹ ਤੇਰੀ ਘਰ ਕਿਤਾ ਵਿਆ ਅੱਛਾ ਹਾਂਜੀ ਹਾਂਜੀ ਅੰਗਰੇਜ਼ਣੀ ਨਾ ਯਾਰ ਮੈਂ ਨਹੀਂ ਬੋਲਦਾ ਫਿਰ ਮੈਂ ਨਹੀਂ ਬੋਲਣਾ ਮੁਜਾ ਸਾਹਿਬ ਤੂੰ ਬੋਲਿਆ ਯਾਰ ਤੂੰ ਨਾ ਬੋਲ ਚੱਲ ਤੂੰ ਜਿਆਦਾ ਰੱਟੇ ਕੁਝ ਬਲਾਇਆ ਅੱਛਾ ਨਹੀਂ ਯਾਰ ਅੱਛਾ ਉੱਥੇ ਮੈਂ ਨਾ ਕੀਤਾ ਇੱਕ ਅੰਗਰੇਜ਼ਣੀ ਨਾ ਵਿਆ ਵਾਹ 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 ਭਾਜੀ ਤੇ ਉਹ ਜਨਾਬ ਨਿਆਣੇ ਮੇਰੇ ਹਾਏ ਹਾਏ ਦੋ ਮੁੰਡੇ ਤੇ ਕੁੜੀਆਂ ਇੰਜ ਜਿਵੇਂ ਲੇਲੇ ਨਹੀਂ ਹੁੰਦੇ ਚਿੱਟੇ ਚਿੱਟੇ ਜੇ ਬਾਜਰ ਰਾਜਲਪੁਰ ਦੇ ਆ ਜਿਵੇਂ ਬਿੱਲੀਆਂ ਦੇ ਬੱਚੇ ਹੁੰਦੇ ਨੇ ਆਏ ਆਏ ਇੰਜ ਦੇ ਭਾਜੀ ਉਧਰ ਦੀ ਆਬ ਹਵਾ ਛੰਡ ਲਗਾ ਬੱਚਾ ਨਾ ਚੁੱਕ ਲੈ ਜੀ ਹੱਸੀ ਜਾਣ ਨੇ ਯਾਰ ਤੁਸੀਂ ਨਹੀਂ 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 ਆਈਏ ਨਾਲ ਮੇਰੇ ਪਰਜਾਈ ਆਈ ਆ ਮਾਸ਼ਾਅੱਲਾ ਮਾਸ਼ਾਅੱਲਾ ਮੈਂ ਨਰਾਜ਼ ਭਲਾ ਕਿਉਂ ਹਾਂ ਯਾਰ ਸਾਰੀ ਜ਼ਿੰਦਗੀ ਇਕੱਠੇ ਪੜੇ ਇਕੱਠੇ ਜਵਾਨ ਹੋਏ ਤੁਸੀਂ ਹੁਣ ਬਾਹਰ ਚਲੇ ਗਏ ਤੇ ਯਾਰ ਵਿਆਹ ਤੇ ਤਾਂ ਸਾਨੂੰ ਸਾਦਾ ਕੰਮ ਸਗੋਂ ਅਸੀਂ ਅੱਲਾ ਰਹਿਮ ਕਰੇ ਕਿਉਂ ਅਸੀਂ ਐਸੇ ਕਾਬਲ ਨਹੀਂ ਕਿ ਤੁਹਾਡਾ ਵਿਆਹ ਵੀ ਨਹੀਂ ਆ ਸਕਦਾ ਹੱਥ ਮਿਲਾ ਅਗਲੇ ਵਿਆਹ ਤੇ ਤੈਨੂੰ ਸੱਦਣਾ ਹੀ ਮੈਂ ਹੈਂ ਆ ਖੜਕਾਣਾ ਇੱਕ ਹੋਰ ਲੈ ਐਸਾ ਉਹ ਯਾਰ ਉਹ ਕਿਹੜਾ ਪਾਕਿਸਤਾਨ ਆ ਉੱਥੇ ਬਾਬਾ ਜੀ ਚੱਲਦਾ ਹੋਣਾ ਕੰਮ ਹਨਾ ਇਹ ਮੇਰੇ ਤੋਂ ਐਨੀ ਨੀਵੀਂ ਆ 6 ਫੁੱਟ 1 ਇੰਚ ਕਾਦਾ ਮੇਰਾ 6 ਫੁੱਟ 2 ਇੰਚ ਆ ਪਰਚਾਈ ਦਾ ਲੋ ਵਾ 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 ਜੀ ਵਾ ਵਾ ਜੀ ਵਾ ਵਾ ਜੀ ਵਾ ਤੇ ਵਾਲ ਜਿਹੜੇ ਨਾ ਇੰਜ ਗਿੱਟਿਆਂ ਨੂੰ ਲੱਗਦੇ ਨੇ ਗਿੱਟਿਆਂ ਨੂੰ ਵਾਲ ਉਹਦੇ ਤੇ ਜਿਮ ਜਾਂਦੀ ਏ ਹੈਂ ਜਿਮ ਉਹ ਵਾਲਾਂ ਦੀ ਗੇਮ ਕਰਦੀ ਵਾਲਾਂ ਦੀ ਗੇਮ ਮਤਲਬ ਕਿੰਨੇ ਨਾ ਡੇਡੇ ਜਿਮ ਜਾਂਦੀ ਹੈ ਹਾਂ ਹਾਏ ਉਹ ਵਾਲਾ ਨਹੀਂ ਗੇਮ ਹੁੰਦੀ ਉੱਥੇ ਕੋਈ ਨਹੀਂ ਨਹੀਂ ਯਾਰ ਉਹ ਜਿਮ ਜਾਣ ਨਾਲ ਡੋਲੇ ਵਾਦੇ ਹੁੰਦੇ ਆ ਚੈਸਟ ਵਿੰਗਸ ਸ਼ੋਲਡਰ ਟ੍ਰਾਈਸੈਪ ਬਾਈਸੈਪ ਲੈਗਸ ਥਾਈਸ ਉਹ ਉਹ ਸਾਰਾ ਵਾਦਾ ਹੁੰਦਾ ਵਾਲਾਂ ਦੀ ਕਿਹੜੀ ਜਿਮ ਹੁੰਦੀ ਯਾਰ ਅੱਛਾ ਮੈਂ ਹੈਗਾ ਪਤਾ ਨਹੀਂ ਭਾਬੀ ਦੇ ਵਾਲਾਂ ਪਿੰਡ ਥਾਂ ਤੇ ਰਹਿਣ ਵਾਲੇ ਤੁਹਾਨੂੰ ਨਹੀਂ ਪਤਾ ਪਾਜੀ ਐਕਸਰਸਾਈਜ਼ ਆ ਵੇਖੋ ਫਿਟਨੈਸ ਐ ਵੇਖੋ ਅਸੀਂ ਜਾਹਲ ਆ ਜੀ ਪਿੰਡੂ ਪੀਟਰ ਰੋਬਰਟ ਜੌਨਸਨ ਸਾਹਿਬ ਉਹਦੇ ਤੁਹਾਡਾ ਜਿਹੜਾ ਐਡਾ ਕਲਰ 골ਡਨ ਕੀਤਾ ਹੈ ਨਾ ਧੁੱਪੇ ਫਿਰ ਫਿਰ ਕੇ ਹੋਇਆ ਮੈਨੂੰ ਪਤਾ ਕੀ ਨਾ ਲਿਆ ਇਹਦਾ ਭੁੱਲ ਗਿਆ ਦੁਬ ਚਲੋ ਠੀਕ ਆ ਰੈਬਿਟ ਜான்ਸਨ ਇਸ ਸਾਲੇ ਬੱਚਾ ਤੁਸੀਂ ਦੋ ਦੋ ਫਿਲੀ ਜਾ ਰਹੇ ਬਚਪਨ ਤੋਂ ਹੁਣ ਕੀ ਕਰੀਏ ਤੁਸੀਂ ਤਾਂ ਚਲ ਗਏ ਉਥੇ ਉਸ ਤੋਂ ਬਾਅਦ ਫਿਰ ਦੁਰਮੜ ਦੇ ਨਾਲ ਹੀ ਆ ਗੁਜਰਾਨਾ ਜਰੂਰ ਤੂੰ ਕਹਦਾ ਕੰਮ ਕਰਦਾ ਮੈਂ ਤੇਰਾ ਅੱਬਾ ਤੇ ਨਲਕਿਆਂ ਤੇ ਬੋਰ ਬੂਰ ਨਹੀਂ ਸੀ ਕਰਦਾ ਹੁੰਦਾ ਪੰਪਾਂ ਦੇ ਹੁਣ ਤੇ ਇਹੋ ਹੀ ਕਰਦਾ ਹੁਣ ਉਥੋਂ ਕੰਮ ਤੋਂ ਹੀ ਆਇਆ ਕੰਮ ਤੋਂ ਹੈ ਇਹ ਉਹ ਬੈਲਟ ਦੇ ਨਾਲ ਹੁੰਦਾ ਨਾ ਜਿਹੜਾ ਹਾਂ 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 ਰੇਤ ਵਿੱਚੋਂ ਕੱਢ-ਕੱਢ ਕੇ ਨਲਕੇ ਲਾਉਣੇ ਹਾਂਜੀ 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 ਬੋਰਿੰਗ ਦਾ ਕੰਮ ਆਪਣਾ ਅੱਛਾ ਅੱਛਾ ਬੋਰ ਬਹੁਤ ਕਰ ਰਿਹਾ ਐ ਅੱਜ ਕੱਲ ਅੱਛਾ ਜੀ ਹਾਂ ਜਿੱਥੇ ਬਿੰਦਾ ਬੋਰ ਹੀ ਸ਼ੁਰੂ ਕਰ ਦਿੰਦਾ ਤੇ ਤੁਹਾਡਾ ਕਿੱਦਾਂ ਚੱਲ ਰਿਹਾ ਤੁਹਾਡਾ ਕੰਮ ਜਿਹੜਾ ਕਸਾਈਆਂ ਵਾਲਾ ਮਾਮਲਾ ਸਾਰਾ ਬਸ ਭਾਜੀ ਈਦ ਲਾਈ ਆ ਅੱਛਾ ਤੇ ਹੁਣ ਵਿਹਲੇ ਹੁਣ ਮਜ਼ੇ ਮਜ਼ੇ ਐ ਮੈਨੂੰ ਯਕੀਨ ਕਰੋ ਪੂਰੀ ਦੁਨੀਆ 'ਚ ਪਾਕਿਸਤਾਨੀਆਂ ਦੀ ਆ ਕੁਆਲਿਟੀ ਬਹੁਤ ਮਸ਼ਹੂਰ ਆ ਕਿ 10 ਦਿਨ ਕੰਮ ਕਰ ਲਓ ਉਸ ਤੋਂ ਬਾਅਦ ਵਿਹਲੇ ਹੋ ਜੋ ਜਿੱਦਣ ਪੈਸੇ ਮੁੱਕਣ ਫਿਰ ਕੰਮ ਤੇ ਜਾਓ ਯਾਰ ਕੀ ਬਾਤ ਹੈ ਕਮਾਈ ਦਾ ਕਦ ਵਾਸਤੇ ਯਾਰ ਕਮਾਈ ਦਾ ਕਦ ਵਾਸਤੇ ਭਾਈ ਅਸੀਂ ਆਏ ਇਹ ਕਿਹੜਾ ਕੋਈ ਸਾਨੂੰ ਕੰਮ ਆਉਂਦਾ ਸੀ ਇਹ ਅਸੀਂ ਆਪਣੇ ਵੱਡਿਆਂ ਤੋਂ ਸਿੱਖਿਆ ਹਾਂ 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 ਨਹੀਂ ਨਹੀਂ ਇਹ ਜਿਹੜੀ ਕੁਆਲਿਟੀ ਹੈ ਨਾ ਇਹ ਪੂਰੀ ਦੁਨੀਆ 'ਚ ਕਿਸੇ ਕੌਮ 'ਚ ਨਹੀਂ ਹੈਗੀ ਅੱਛਾ ਜੀ ਹਾਂ ਜੀ ਕਿ ਮਤਲਬ ਮੜਾ ਜਾ ਸਿਰਦਰਦ ਹੋਇਆ ਛੁੱਟੀ ਕਰ ਲਓ ਵਾਹ 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 ਇਹ ਕਿਸੇ ਕੋ ਬੰਦੇ ਚ ਨਹੀਂ ਹੈਗਾ ਐਸਾ ਭਾਜੀ ਤੁਸੀਂ ਛੁੱਟੀ ਨਾ ਲਾ ਕਰੋਗੇ ਨਾ ਤੁਸੀਂ ਬਹੁਤੇ ਬਿਮਾਰ ਹੋ ਜਾਓਗੇ ਸਮਝ ਲਗੀ ਨਾ ਤੁਹਾਡਾ ਸਿਰ ਪੀੜ ਕਰਦਾ ਨਾ ਜੇ ਤਾਂ ਤੁਸੀਂ ਤੁਸੀਂ ਛੁੱਟੀ ਕਰ ਲਈ ਤੁਸੀਂ ਠੀਕ ਹੋ ਜੇ ਤੁਸੀਂ ਐਵੇਂ ਬਿਲਾ ਵਜਾ ਹੀ ਗੈਰਚਲੇ ਕੰਮ ਤੇ ਤੇ ਫਿਰ ਤੁਹਾਡਾ ਸਿਰਦਰਦ ਨਾਲ ਬਹਾਰ ਹੋ ਜਾਏਗਾ ਤੁਹਾਡਾ ਜਿਸਮਦਰਦ ਹੋਣ ਲੱਗ ਪਏਗਾ ਤੁਸੀਂ ਅਠਾ ਦਸ ਦਿਨਾਂ ਵਾਸਤੇ ਪੈ ਜਾਣਾ ਲੰਮੇ ਨਹੀਂ 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 ਲੋੜ ਹੀ ਕੋਈ ਨਹੀਂ ਕਾਲੇ ਬੰਦੇ ਡਾਕਟਰ ਨੇ ਇਹ ਜਿਹੜੇ ਹਾਂਜੀ ਨਾਲੇ ਪੂਰੇ ਮਹੀਨੇ ਕੰਮ ਕਰਨ ਵਾਲਾ ਬੰਦਾ ਵੀ ਬੰਦੇ ਬੰਦਾ ਹੁੰਦਾ ਕੋਈ ਫਾਰਗ ਇਹ ਆ ਕੇ 5-7 ਦਿਨ ਆਪਣਾ ਕਰੋ ਕਮਾਓ ਬਾਕੀ ਯਾਸ਼ੀ ਕਰੋ ਆਪਣੀ ਇੱਥੇ ਕੀ ਕੱਟਣਾ ਐ ਇਸ ਦੁਨੀਆ ਚੋਂ ਮਰ ਜਾਣਾ ਸਾਰਿਆਂ ਬਾਬਾ ਜੀ ਜਿਹੜੇ ਕਮਾਉਂਦੇ ਨੇ ਉਹਨਾਂ ਨੂੰ ਵੀ ਮਰ ਜਾਣਾ ਜਿਹੜੇ ਨਹੀਂ ਕਮਾਉਂਦੇ ਅਮੀਰ ਨੇ ਵੀ ਮਰ ਜਾਣਾ ਗਰੀਬ ਨੇ ਮਰ ਜਾਣਾ ਫਾਇਦਾ ਕੰਮ ਕਰਨ ਦਾ ਭਰਾਵਾ ਅਸੀਂ ਤੇ ਚਾਚੇ ਫੈਲੇ ਦੀ ਗੱਲ ਆਈ ਤੇ ਕਰ ਆਪਣੇ ਪੱਲੇ ਨਾ ਬੰਨੀ ਉਹ ਕਹਿੰਦਾ ਨਹੀਂ ਸੀ ਹੁੰਦਾ ਕਿ ਪੁੱਤ ਇੱਕ ਜਗ੍ਹਾ ਤੇ ਜਾਈਏ ਇੱਜ਼ਤ ਨਹੀਂ ਰਹਿੰਦੀ ਆਹਾਹਾਹਾਹਾਹਾ ਅੱਛਾ ਉੱਥੇ ਵੀ ਛੁੱਟੀਆਂ ਛੜੀਆਂ ਕਰਦੇ ਕਿ ਲੱਗੇ ਰਹਿੰਦੇ ਨਹੀਂ ਉਹ ਬੜੇ ਪਾਗਲ ਨੇ ਬਾਹਰਲੇ ਮੁਲਕਾਂ ਵਾਲੇ ਸਾਰੇ ਅੱਛਾ ਸਵੇਰੇ 5 ਵਜੇ ਉੱਠ ਕੇ ਸੜਕਾਂ ਤੇ ਕਦੀ ਇੱਧਰ ਨੂੰ ਕੋਈ ਇੱਧਰ ਨੂੰ ਭੱਜੇ ਜਾਂਦੇ ਨੇ ਦਫ਼ਤਰਾਂ 'ਚ ਕੰਮੀ ਕਰੀ ਜਾਂਦੇ ਆ ਇਸੇ ਵਾਸਤੇ ਸਾਡੇ ਤੋਂ ਪਿੱਛੇ ਨੇ ਸਾਰੇ ਮੁਲਕਾਂ ਵਾਲੇ ਉਹਨਾਂ ਦਾ ਬੰਦਾ ਪਿੱਛੇ ਹੋਣਾ ਹਾਂਜੀ ਉਹ ਉਹਨਾਂ ਦੇ ਬੱਚੇ ਕਿਉਂ ਵਿਗੜੇ ਨੇ ਹਾਂਜੀ ਇਸੇ ਕਲੋ ਵਿਗੜੇ ਨੇ ਇਸੇ ਕਲੋ ਨਾ ਉਹਨਾਂ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਸਾਡੇ ਮਾਪੇ ਹੁੰਦਾ ਤੇ ਫਿਰ ਟਾਈਮ ਜੋਗ ਤੇ ਪਤਾ ਲੱਗੇਗਾ ਨਾ ਮਾਪੇ ਦਾ ਓਏ ਸਾਰਾ ਜ਼ੋਰ ਗੱਲਾਂ ਦੇ ਨਾ ਪਾ ਬਿਸ਼ਤੀ ਵੀ ਮਹਿਸੂਸ ਕਰੋ ਜਿੱਥੋਂ ਗੱਲ ਕੀਤੀ ਹੈ ਕੀ ਕਹਿੰਦਾ ਬਾਬਾ ਜੀ ਹਾਂਜੀ ਸ਼ਹਜ਼ਾਦਾ ਮੈਂ ਮੈਂ ਸਲੂਟ ਦਵਾ ਥਾੜਾ ਆਪਦੇ ਭਰਾ ਨੂੰ ਕਰਨਾ ਯਾਰ ਉਹ ਹੁੰਦਾ ਹੈ ਹਾਂਜੀ ਜਿਹੜਾ ਯਾਰਾਂ ਦਾ ਸੋਚੇ ਫਾਇਦਾ ਸ਼ਹਜ਼ਾਦਾ ਯਾਰੋਂ ਹੁੰਦਾ ਹੈ ਜਿਹੜਾ ਯਾਰਾਂ ਨੂੰ ਖੁਸ਼ ਕਰੇ ਖੁਸ਼ ਕਰੇ ਇਹ ਮੋਬਾਈਲ ਪਾਕਿਸਤਾਨ ਚ ਕਿੰਨੇ ਦਾ ਇਹ ਹੈਗਾ 4.5 ਲੱਖ ਦਾ ਆਈਫੋਨ ਆਈਫੋਨ ਇਹ ਹੈਗਾ 5.5 ਲੱਖ ਰੁਪਏ ਦਾ ਵਾਹ 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 ਕਿੰਨੇ ਦਾ 5.5 ਲੱਖ ਦਾ 5 ਲੱਖ ਰੁਪਏ ਦਾ ਲੇਕਿਨ ਤੁਸੀਂ ਮੈਨੂੰ 5 ਲੱਖ ਦੇਣਾ ਹੈ ਹਲੋ 50000 ਦੀ ਤੁਹਾਡੇ ਯਾਰ ਨੇ ਤੁਹਾਡੀ ਬਚਤ ਕੀਤੀ ਕਿੰਨੀ 50000 ਸੀ ਹਾਂ ਉਹ ਦੇਖੋ ਮੈਂ ਕੋਈ ਬਗਾਨਾ ਤੇ ਨਹੀਂ ਨਾ ਤੁਹਾਡਾ ਆਪਣਾ ਆ ਇਹ ਆਪਣਾ ਆਪਣੇ ਨੂੰ ਮਾਰੂਗਾ ਨਾ ਛਾਵੇਂ ਸਿੱਟੂਗਾ ਨਹੀਂ ਨਹੀਂ ਆਪਣੇ ਨੇ ਆਪਣੇ ਨੂੰ ਮਾਰਿਆ ਤੇ 50000 ਦੀ ਬਚਤ ਕੀਤੀ ਆ 50 5 ਲੱਖ ਰੁਪਏ ਦਿਓ ਕਾਦਾ ਇਹ ਮੋਬਾਈਲ ਦਾ ਤੂੰ 5 ਸਾਲ ਹੋ ਗਏ ਤੈਨੂੰ ਮੈਨੂੰ ਫੋਨ ਕਰਦੇ ਆ ਹਰ ਦੋ ਤਿੰਨ ਮਹੀਨੇ ਬਾਅਦ ਤੇਰਾ ਫੋਨ ਆ ਜਾਂਦਾ ਪਹਿਲੇ ਤੂੰ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਕਿੱਦਾਂ ਇੱਥੇ ਦਾ ਮੌਸਮ ਠੀਕ ਹੈ ਮੈਨੂੰ ਵੀ ਉੱਥੇ ਪਤਾ ਹੁੰਦਾ ਸੀਗਾ ਤੂੰ 15 ਮਿੰਟ ਭਾਵੇਂ ਗੱਲ ਕਰੇ ਨਾ ਐਂਡ ਤੇਰਾ ਮੋਬਾਈਲ ਤੇ ਹੀ ਮੁਕਣਾ ਤਿਆਰ ਤੂੰ ਫਿਰ ਤੇਰੀ ਤੇਰੀ ਕਮਾਈ ਦਾ ਸਾਨੂੰ ਕੀ ਫਾਇਦਾ ਹੈ ਹੈ ਵੀ ਜੋ 5 ਲੱਖ ਚ ਪੈਸੇ ਦੇ ਕੇ ਜੇ ਅਸੀਂ ਮੋਬਾਈਲ ਲੈਣਾ ਤੇ ਫਿਰ ਤੇਰਾ ਸਾਹ ਸਾਡੇ ਤੇ ਨਾ ਨਾ ਆਇਆ ਫਿਰ ਅਸੀਂ ਇੱਥੋਂ ਹੀ ਲੈ ਮਰ ਲਾਂਗੇ ਵੀ ਤੁਸੀਂ ਬਾਹਰ ਇੱਥੋਂ ਤੈਨੂੰ 50 ਹਜ਼ਾਰ ਮਹਿੰਗਾ ਮਿਲਣਾ ਹੈ ਹੁਣ ਮੈਂ ਤੇ ਲੈ ਆਂਦਾ ਹਾਂ ਆਲ ਫੜ ਲਿਆ ਘਰੋਂ ਉਹ ਭਰਾਵਾ 5 ਲੱਖ ਦਾ ਕਹਿਣ ਡਿਆ ਉਹਨੂੰ ਇਹ ਤੇ 2.5 3 ਕਿਲੋ ਗੋਸ਼ ਪਕਾ ਲੈਣਾ ਨਾ ਤੇ 7 ਦਿਨ ਪਹਿਲੇ ਢੋਲਗੀ ਰੱਖ ਲੈਂਦੇ ਆ ਕਿੰਨਾ ਲੱਜ ਗੋਸ਼ਤ ਪਕਣਾ ਇਹ ਤੇ ਪਿਓ ਪੁੱਤਰ ਜਿੱਦਣ ਦੋ ਬੋਰ ਕਰ ਲੈਂਦੇ ਨਾ ਦਿਹਾੜੀ ਦੇ ਉਹ ਦਿਨ ਨਿੱਕੀ ਬੱਚੀ ਤੇ ਦਿਨ ਰੱਖ ਲੈਂਦੇ ਆ ਸਮੇ ਲੱਗੀ ਹੈ ਕਿ ਨਹੀਂ ਤੂੰ 5 ਲੱਖ ਦੀ ਸਿੱਧੀ ਸੱਟ ਮਾਰਨ ਦੇ ਆ। ਬੜੀਆ ਸਾਲ ਇਹਦੀ ਵੀ ਇਹਦਾ ਵੀ ਮਿਲ ਪਤਾ ਵਾ। ਇਹਦੇ ਕੋਲੋਂ ਤਾਂ ਇਕੱਲੋਂ ਕੋਸ਼ਿਸ਼ ਤਾਂ ਗਾਹ ਕਾ ਜੇ ਨਾ ਦੁਕਾਨ ਤੇ ਤੇ ਗੂਠੇ ਚੜ ਕੇ ਰੋਲਾ ਪਾ ਲਾਪੇ ਦਿੱਤਾ ਤਾਜਰ ਆ ਗਿਆ ਤਾਜਰ ਆ ਗਿਆ ਤਾਜਰ ਆ ਗਿਆ। ਭੱਲੇ ਮੰਗਣ ਵਾਲੇ ਵੀ ਆ ਜਾਂਦੇ ਕਿਸੇ ਟਾਈਮ। ਮੰਗਣ ਵਾਲੇ ਆ ਜਾਂਦੇ ਆਪ ਦਾ ਡੱਕਾ। ਕੋਲ ਲੈ ਮੋਬਾਈਲ ਮਾਮਾ 100 100 ਫੋਨ ਕਰਨਾ ਹੀ ਲੈ ਮੋਬਾਈਲ। ਲਓ ਜੀ। ਬੜਾ ਕਹਿਣਾ ਸੀ। ਭਾਜੀ ਰਾਣਾ ਆ ਰਿਹਾ ਆਪਣੇ ਵਾਸਤੇ ਮੋਬਾਈਲ ਉਹਨੇ ਕਹੀ ਥੋੜੇ ਦਿਨਾਂ ਦੀ ਕਰ ਆ ਜਾਣਾ ਆਈਫੋਨ ਲੈ ਕੇ ਆਣਾ। ਦੇ 5 ਲੱਖ ਯਾਰ ਰਾਣਾ ਸਾਹਿਬ ਮੈਂ ਇਸ ਲਈ ਕਿਹਾ ਸੀ ਕਿ ਜੁਰਪਰਾ ਲਈ ਤੂੰ ਗਿਫਟ ਲੈ ਆਏਗਾ ਨਹੀਂ ਗਿਫਟ ਉੱਥੇ ਦਰਖਤਾਂ ਤੇ ਮੋਬਾਈਲ ਲੱਗੇ ਹੋਏ ਜਿਹੜਾ ਤੁਸੀਂ ਗੈਦਰੋ ਪਿੱਛੋਂ ਠਾ ਮੋਬਾਈਲ ਲੈ ਆਈ ਮੇਰੇ ਵਾਸਤੇ ਫਲਾਨੀ ਵਾਚ ਲੈ ਆਈ ਮੇਰੇ ਵਾਸਤੇ ਉੱਥੇ ਅਸੀਂ ਮਰਦੇ ਆਂ ਤੁਸੀਂ ਉੱਥੇ ਕੋਈ ਅੰਗਰੇਜ਼ ਪਾਗਲ ਨਹੀਂ ਹੈਗੇ ਜਿਹੜੇ ਉੱਥੇ ਆਈਫੋਨ ਇੰਜ ਕਰਕੇ ਫੜਾਈ ਜਾਂਦੇ ਆਂ ਨਾਲੇ ਤੇ ਤੂੰ ਕਹਿਣੇ ਉੱਥੇ ਵੰਡਦੇ ਆ ਉਹ ਬਥੇਨੋ ਸ਼ਰਮ ਦੋਂ ਆਉਣ ਡਿਆ ਸੀਗਾ ਜਿਹੜੀ ਤੁਹਾਨੂੰ ਨਹੀਂ ਆਈ ਹਾਂ ਜੀ ਰੇ ਮੇਰ ਨੂੰ ਕਹ ਲਈ ਤੂੰ ਤੂੰ ਤਾਂ ਕਹਿਣੇ ਉੱਥੇ ਪੈਸੇ ਇੰਜ ਪਏ ਹੁੰਦੇ ਸੀ ਚੁੱਕ ਕੇ ਤੇ ਜੇਬ 'ਚ ਪਾ ਲਈਦੇ ਹਾਂ ਹਾਂ

ਹੈਲੋ ਸਲਾਮ ਅਲੈਕਮ ਉਹਨਾਂ ਨੇ ਸਲਾਮ ਅਲੈਕਮ ਦਾ ਪਤਾ ਅੱਛਾ ਹਾਂ ਹਾਏ ਹਾਏ ਹੈਲੋ ਹੈਲੋ ਮੈਂ ਤਾਂ ਗੱਲ ਕਰ ਰਹੇ ਸੀ ਤੂੰ ਅੱਗੇ ਕਰ 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 ਹਾਏ ਕੀ ਹਾਲ ਹੈ ਇਹ ਇਹ ਰਾਣਾ ਜਾਜ ਜੋ ਹੈ ਆਪਕਾ ਜਵਾਈ ਹੈ ਜੋ ਉਹ ਮਰਾਬੇਲੀ ਹੈ ਪਾਕਿਸਤਾਨ ਸੇ ਗਿਆ ਹੈ ایا اونوں نہیں ادھا سمجھنا اونے انگریزی وچ گل کر انگریزی وچ کر انگریزی وہ اس کو میں نے وہ سیب والا موبائل مانگا تھا اس سے لا سیبڑا موبائل آئی فون تو وہ پیسے بہت مانگ رہا ہے تو سمجھا تھوڑا جا سیب والا موبائل مانگا تھا پیسے بہت مانگ رہا ہے یار پھر یا 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 کی ہے ਨਹੀਂ ਆਇਆ ਕਹਿਣ ਨੇ ਉਹ ਅੱਗੇ ਪਤਾ ਨਹੀਂ ਗਾਲਾਂ ਗੋਲਾਂ ਗੱਡੀ ਜਾਂਦੇ ਤੂੰ ਤਾਂ ਗਾਲੇ ਕਿੱਟਣੇ ਹੈ ਯੈਸ ਡੈਡੀ ਤੇਰੀ ਉੜਦੂ ਦੀ ਸਮਝ ਆਉਂਦੀ ਯੈਸ 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 ਪੂਰ ਪੀਪਲ ਕੱਲਾ ਖੋਤੇ ਦਾ ਪੁੱਤਰ ਹੈ ਮੇਰੇ ਕੋਲ ਬਲੈਕ ਪੀਪਲ ਹਾਂ ਕਿਵੇਂ ਬਲੈਕ ਸ਼ੇਅਰ ਮੇਰੇ ਕੋਲ ਯੈਸ ਡੈਡੀ ਖੱਜਲ ਪੀਪਲ ਪਾਕਿਸਤਾਨੀ ਮੁਹੱਲਿਆਂ ਵਿੱਚ ਖੱਜਲ ਟਿਪੀਪਲ ਪੀਪਲ ਬੋਰਡ ਖਜੂਰਾ ਖਜੂਰ ਦਾ ਦਰਖਤ ਵੱਡਾ ਪੀਪਲ ਓਕੇ 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 ਪੀਪਲ ਪੀਪਲ ਦਾ ਦਰਖਤ 100 ਵਾਲਾ ਪੀਪਲ ਕਹਿ ਰਿਹਾ ਅੱਛਾ ਓਕੇ 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 ਡੈਡੀ ਬੜੇ ਖੁਸ਼ੀ ਡੈਡੀ ਅੱਛਾ ਜੀ ਅੱਜ ਤੁਹਾਡੀ ਆਵਾਜ਼ ਦੋਨਾਂ ਦੀ ਬਹੁਤ ਅੱਛੀ ਲੱਗੀ ਅੰਗਰੇਜ਼ੀ ਤੁਹਾਨੂੰ ਗਾਲਾਂ ਕੱਢ ਰਹੇ ਸੀ ਯਾਰ ਮੈਨੂੰ ਕੱਲ ਹੀ ਗਾਲਾਂ ਕੱਢਣੀਆਂ ਭਾਈ ਮੋਬਾਈਲ ਤੇ ਕੋਹਾ ਮੰਗਦਾ ਗਾਲਾਂ ਮੈਨੂੰ ਕੱਲ ਹੀ ਕੱਢਣੀਆਂ ਉਹਨਾਂ ਨੇ ਤੂੰ ਹੋਣਾ ਤੇ ਸਾਲੇ ਸਾਰੇ ਤੂੰ ਜਲੀਲ ਕਰਾਉਣਾ ਸਾਨੂੰ ਹੁਣ ਮੈਂ ਦੱਸ ਕੇ ਆਇਆ ਸੀ ਸਾਰੀ ਗੇਮ ਭਾਬੀ ਨੂੰ ਇੱਧਰ ਦੇ ਸਾਰੇ ਖਾਣੇ-ਸ਼ਾਣੇ ਪਕਾਣੇ ਆਂਦੇ ਐਸ ਕਿਸਮ ਦੇ ਹਾਏ ਹਾਏ ਹਾਂ ਅੱਛਾ ਜੀ ਹਾਂਜੀ ਉਹਨਾਂ ਮੈਂ ਆਪਣੇ ਸਹੁਰੇ ਨੂੰ ਸਾਰੀ ਗੇਮ ਦੱਸ ਕੇ ਆਇਆ ਸੀਗਾ ਕਿ ਜਿੱਦੋਂ ਦੇ ਮੈਂ ਆਇਆ ਪਿੱਛੋਂ ਇੱਕ ਬੰਦਾ ਮੇਰੀ ਜਾਨ ਖਾਈ ਜਾਂ ਡਿਆ ਕਿ ਮੋਬਾਈਲ 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 ਲੈ ਕੱਢਣ ਪਈ 5 ਲੱਖ ਯਾਰ 5 ਲੱਖ ਯਾਰ ਮੈਂ ਕਿਥੋਂ ਦੇ ਦਮਾ ਡਾਕਾ ਮਾਰ ਲਵਾ ਹੁਣ ਮੈਂ ਤਾਂ ਕਹਿੰਦਾ ਕਿ ਮੇਰੇ ਵਾਸਤੇ ਅਸੀਂ ਉੱਥੇ ਡਾਕਾ ਮਾਰਦੇ ਹਾਂ ਤੂੰ ਯਾਰ ਢਾਕੇ ਮਰਨ ਲਈ ਕੀ ਗੱਲ ਤੂੰ ਭਰਾ ਵਾਸਤੇ ਕੁਛ ਲੈ ਵੀ ਆਂਗੇ ਭਰਾ ਵਾਸਤੇ ਸ਼ਹਿਰ ਲੈ ਕੇ ਮੈਂ ਆਪਣੇ ਭੈਣ ਭਰਾ ਪਾਲਾਂ ਆਪਣਾ ਪਿੱਛੋ ਘਰ ਬਣਾਵਾ ਜਾਂ ਆਪਣੀਆਂ ਭੈਣਾਂ ਵਿਆਵਾ ਕਿ ਤੁਹਾਨੂੰ ਮੋਬਾਈਲ ਲੈ ਕੇ ਦਿੰਦਾ ਰਵਾਂ ਮੈਂ ਨਾਲੇ ਤੂੰ ਕਿਧਰੋਂ ਭਰਾ ਵਾ ਨਾ ਤੇਰਾ ਪਾਗਲ ਮੈਂਟਲ ਤੇਰਾ ਪਿੰਡਾ ਮਿਲਦਾ ਯਾਰ ਬੇਲੀ ਸੱਜਣ ਹੋਏ ਮਾਮਾ ਨਾਲਾ ਸਾਹਿਬ ਇਹੋ ਬਾਰੇ ਗੱਲ ਕਰ ਲੈਣਗੇ ਤੈਨੂੰ ਤਮੀਰ ਦੀਆਂ ਸੱਜਣਾ ਤੇ ਲਾਨਤ ਆ ਬਈ ਜ਼ਲੀਲ ਕਰਾਨਾ ਹੋਰ ਸਾਡੇ ਤੇ ਲਾਨਤ ਪਾਏਗਾ ਮੋਬਾਈਲ ਦੇ ਖਰਦੇ ਕੀ ਭਾਵੇਂ ਸਮਝ ਲੱਗੀ ਨਾ ਐਡੀ ਸੋਹਣੀਆ ਲੈਣ ਤੈਨੂੰ ਗੱਡੀ ਵੀ ਦੇ ਦਿੱਤੀ ਤੇ ਮੋਬਾਈਲ ਦੇ ਦੇਣਾ ਤੇ ਇਹ ਥੱਲੇ ਆ ਜਾ ਥੱਲੇ ਆ ਜਾ ਲੰਨਤੀਏ ਤੁਹਾਨੂੰ ਤਮੀਜ਼ ਹੀ ਹੈ ਨਹੀਂ ਕੋਈ ਬੰਦਾ ਬਾਹਰ ਚੱਲ ਜਾਂਦਾ ਉਹਦੇ ਮਗਰ ਹੀ ਪੈ ਜਾਂਦੇ ਤੁਸੀਂ ਪ੍ਰੋਫੈਸਰ ਸਾਹਿਬ ਅੱਲਾ ਦੇ ਅੱਲਾ ਦਾ ਸ਼ੁਕਰ ਆ ਤੂੰ ਮੈਨੂੰ ਦੋ ਤਿੰਨ ਵਾਰੀ ਕਿਹਾ ਕੁਝ ਮਗਾਉਣਾ ਤਾਂ ਦੱਸ ਆਂਦਾ ਹੁਣ ਫੋਨ ਨਹੀਂ ਕਰਨਾ ਮੈਨੂੰ ਇਹ ਫੋਨ ਜਦੋਂ ਤੁਹਾਡਾ ਕਰੇ ਉਹ ਕੀ ਕਹਿੰਦੇ ਹੁੰਦੇ ਉਹ ਜਹਾਜ ਜਤ ਲਾ ਦੇ ਦਾ ਨੰਬਰ ਲਾ ਦੀ ਜਹਾਜ ਨਾ ਬੰਦ ਲੈ ਐਡਾ ਤੋਂ ਭਰਾ ਬੇਲੀ ਫਾਰਕ ਹੋ ਗਿਆ ਸਭ ਉਹ ਫਾਰਕ ਅੱਛਾ ਤੈਨੂੰ 5 ਲੱਖ ਦਾ ਮੋਬਾਈਲ ਦੇ ਦਿੰਨ ਤਾਂ ਫੇਰ ਠੀਕ ਆ ਯਾਰ ਦੇ ਦੇਣਗੇ ਤੀ ਕਾ ਤੂੰ ਮਰੰਦਾ ਨਹੀਂ ਤੁਹਾਨੂੰ ਮਾਮਾ ਕਿੱਥੇ ਬੋਰ ਕਰਨ ਜਾਓ ਤੁਹਾਨੂੰ ਦੁਪਹਿਰ ਦੀ ਰੋਟੀ ਨਾ ਦੋ ਬੋਰ ਉਹਨਾਂ ਦਾ ਵਿੰਗਾ ਕਰ ਦਿੰਦੇ ਤੁਸੀਂ ਤੇ ਕਿਉਂ ਨਾ ਦੇਣ ਤੂੰ ਬੋਰ ਉਹ ਰੋਟੀ ਖਾਣ ਨਹੀਂ ਆਉਣਾ ਭਲੇ ਅਸੀਂ ਪਾਗਲ ਕਿ ਤੁਸੀਂ ਬ ਸੁਬਹ 6 ਵਜੇ ਉੱਠ ਕੇ ਨਿਕਲਦਾ ਰਾਤ ਨੂੰ 10 ਵਜੇ ਆਪਣੇ ਕੁਆਟਰ ਵਾਪਸ ਆਉਣਾ ਲੈ ਠੀਕ ਹੈ ਲਹਨਤ ਤੁਹਾਡੇ ਬੇਸ਼ਮਾਰ ਅੱਜ ਦਮਾ ਮੈਨੂੰ ਨਾ ਬੁਲਾਈ ਭਾਜੀ ਮੈਨੂੰ ਵੀ ਉੱਥੇ ਖਲਾ ਦੇ ਉੱਥੇ ਖਲਾ ਦੇ ਗੱਲ ਸੁਣੋ ਮੇਰੀ ਇਹ ਜ਼ਿਆਦਤੀ ਆ ਸਮਝ ਲੱਗੀ ਨਾ ਮੇਰੀ ਚਵਲ ਜਾਇਆ ਭਾਜੀ ਤੁਸੀਂ ਦਫਾ ਕਰੋ ਹੁਣ ਤੂੰ ਵੀ ਚੱਲਾ ਚੱਲ ਦਫਾ ਲਹਨਤ ਆ ਭਾਜੀ ਮੈਂ ਜਾਨਦੀਏ ਦਫਾ ਹੋ ਸਮਝ ਲੱਗੀ ਨਾ ਇਹ ਜ਼ਿਆਦਤੀ ਕਰੰਦਾ ਇਹ ਤੁਸੀਂ ਦਫਾ ਰਲ ਕੇ ਮੇਰੇ ਨਾਲ ਚਵਲ ਜੀ ਨਾਲ ਦੇ ਹਾਂ ਮੈਨੂੰ ਏਦਾਂ ਲੱਗਣ ਡਿਆ ਮੈਂ ਅਫਰੀਕਾ ਦੇ ਕਿਸੇ ਜੰਗਲ ਚ ਆਇਆ ਤੇ ਬਰ ਬਾਲੂ ਨੇ ਸਾਨੂੰ ਫੜ ਲਿਆ ਤੂੰ ਮਾਮਾ ਉਥੋਂ ਕਰੀਮ ਮੰਗਾਇਆ ਕੋਈ ਸ਼ੈਅ ਬਾਲੂ ਬਾਲੂ ਹੁੰਦਾ ਸੀ ਤੈਨੂੰ ਬਾਲੂ ਲੱਗਣਾ ਸਮਝ ਲੱਗੀ ਨਾ ਤੂੰ ਜ਼ਾਲਮ ਹੋ ਗਿਆ ਬਾਹਰ ਜਾ ਕੇ ਤੇਰੇ ਤੇ ਖੱਦ ਚਰਬੀ ਚੜ ਗਈ ਤੈਨੂੰ ਪੈਸੇ ਚਾਰ ਮਿਲੇ ਲੱਗ ਪੈਣੇ ਤੈਨੂੰ ਪਰਾਏ ਯਾਰ ਭੁੱਲ ਗਏ ਨੇ ਸਮਝ ਲੱਗੀ ਨਾ ਵੱਡਾ ਤੂੰ ਲਗਾ ਫਿਰਨਾ ਵਾਈਡਾ ਤੂੰ ਕਾਰੀਗਰ ਉਂਜੀਲੇ ਹੋ ਪੈਣੇ ਪੈਸੇ ਦੇ ਨਸ਼ੇ ਦੇ ਵਿੱਚ